ਚਿੱਟੀ ਦਾੜੀ, ਚਿੱਟੀਆਂ ਮੁੱਛਾਂ, ਵ੍ਹੀਲਚੇਅਰ ਤੇ ਏਅਰਪੋਰਟ ਤੇ ਘੁੰਮਦਾ ਇਸ ਸ਼ਖਸ ਕੋਈ ਬਜ਼ੁਰਗ ਨਹੀਂ ਹੈ ਬਲਕਿ ਇੱਕ ਨੌਜਵਾਨ ਹੈ ਜੋ ਕਿ ਕੈਨੇਡਾ ਜਾਣ ਲਈ ਭੇਸ ਬਦਲ ਕੇ ਏਅਰਪੋਰਟ ਤੇ ਇਸ ਬਜ਼ੁਰਗ ਦਾ ਭੇਸ ਧਾਰ ਕੇ ਪਹੁੰਚਿਆ। 24 ਸਾਲਾਂ ਇਹ ਮੁੰਡਾ ਆ ਜਿਸਨੇ ਇੱਕ ਬਜ਼ੁਰਗ ਦਾ ਰੂਪ ਧਾਰਿਆ ਹੋਇਆ ਹੈ, ਭੇਸ ਬਦਲਿਆ ਹੋਇਆ ਹੈ, ਆਪਣੀ ਦਾੜੀ ਮੁੱਛਾਂ ਚਿੱਟੇ ਕੀਤੇ ਹੋਏ ਨੇ ਅਤੇ ਇੱਕ ਬਜ਼ੁਰਗ ਦੇ ਨਾਮ ਦੇ ਪਾਸਪੋਰਟ ਤੇ ਹੀ ਕੈਨੇਡਾ ਜਾਣ ਦੀ ਫਿਰਾਕ ਵਿੱਚ ਸੀ ਜਿਸਨੂੰ ਏਅਰਪੋਰਟ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਇਹ ਸਭ ਕੁਝ ਦੇਖਣ ਨੂੰ ਮਿਲਿਆ ਜਿੱਥੇ ਇੱਕ 24 ਸਾਲ ਦਾ ਨੌਜਵਾਨ ਇੱਕ ਬਜ਼ੁਰਗ ਦਾ ਭੇਸ ਬਦਲ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੂੰ ਸ਼ੱਕ ਉਦੋਂ ਹੋਇਆ ਜਦੋਂ ਇਸਦਾ ਆਵਾਜ਼ ਤੇ ਸਕਿਨ ਟੈਸਟ ਕੀਤਾ ਗਿਆ ਤਾਂ ਉਸ ਦੌਰਾਨ ਚੀਜ਼ਾਂ ਵੱਖਰੀਆਂ ਵੱਖਰੀਆਂ ਨਜ਼ਰ ਆਈਆਂ, ਗੜਬੜ ਨਜ਼ਰ ਆਈ, ਜਿਸ ਤੋਂ ਬਾਅਦ ਇਹਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਇਸ ਬਜ਼ੁਰਗ ਦੇ ਕੋਲੋਂ ਇੱਕ ਪਾਸਪੋਰਟ ਦੀ ਸੌਫਟ ਕਾਪੀ ਮਿਲੀ ਜਿਸ ਤੇ ਇਸਦਾ ਨਾਮ ਗੁਰਸੇਵਕ ਸਿੰਘ ਤੇ ਉਮਰ 24 ਸਾਲ ਲਿਖੀ ਹੋਈ ਸੀ, ਜਦਕਿ ਇਸਦੇ ਪਾਸਪੋਰਟ ਤੇ ਇਸਦੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸਹੋਤਾ ਵਜੋਂ ਲਿਖੀ ਹੋਈ ਸੀ ਜਿਸਦਾ ਇਸਨੇ ਭੇਸ ਧਾਰਿਆ ਹੋਇਆ ਸੀ। ਮੰਗਲਵਾਰ ਨੂੰ ਦਿੱਲੀ ਤੋਂ ਰਵਾਨਾ ਹੋਈ ਏਅਰ ਕੈਨੇਡਾ ਦੀ ਉਡਾਨ ਦੇ ਵਿੱਚ ਇਸਨੇ ਸਵਾਰ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਏਅਰਪੋਰਟ ਤੇ ਇਸਦਾ ਭੇਸ ਖੁੱਲ ਗਿਆ। ਇਹ 24 ਸਾਲ ਦਾ ਨੌਜਵਾਨ ਗੁਰਸੇਵਕ ਸਿੰਘ ਹੈ ਜਿਸਨੇ ਨਕਲੀ ਪਾਸਪੋਰਟ ਬਣਾਇਆ ਅਤੇ ਇੱਕ ਬਜ਼ੁਰਗ ਦਾ ਭੇਸ ਧਾਰ ਕੇ ਕੈਨੇਡਾ ਜਾਣ ਲਈ ਤਿਆਰ ਹੋ ਗਿਆ। ਏਅਰਪੋਰਟ ਤੇ ਵ੍ਹੀਲਚੇਅਰ ਤੇ ਘੁੰਮਦਾ ਵੀ ਰਿਹਾ, ਆਪਣੀ ਦਾੜੀ ਚਿੱਟੀ ਕੀਤੀ ਹੋਈ ਹੈ, ਵਾਲ ਚਿੱਟੇ ਕੀਤੇ ਹੋਏ ਨੇ, ਮੁੱਛਾਂ ਚਿੱਟੀਆਂ ਕੀਤੀਆਂ ਨੇ ਤੇ ਬਿਲਕੁਲ ਇੱਕ ਬਜ਼ੁਰਗ ਦੀ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ। ਹਾਲਾਂਕਿ ਦੇਖ ਕੇ ਕਿਸੇ ਨੂੰ ਵੀ ਸ਼ੱਕ ਨਹੀਂ ਹੋ ਸਕਦਾ ਕਿ ਇਹ ਕੋਈ ਬਜ਼ੁਰਗ ਹੈ ਜਾਂ ਨੌਜਵਾਨ, ਪਰ ਇੱਥੇ ਜਦੋਂ ਇਸਦੀ ਚੈਕਿੰਗ ਹੋਈ ਤਾਂ ਉਸ ਦੌਰਾਨ ਸਭ ਕੁਝ ਹੀ ਸਾਫ਼ ਹੋ ਗਿਆ। ਅਧਿਕਾਰੀਆਂ ਦੱਸਿਆ ਕਿ ਜਦੋਂ ਇਸ ਵਿਅਕਤੀ ਦੀ ਚੈਕਿੰਗ ਹੋਈ ਤਾਂ ਆਵਾਜ਼ ਤੇ ਚਮੜੀ ਦੀ ਦਿੱਖ ਜਿਹੜੀ ਹੈ ਪਾਸਪੋਰਟ ਦੇ ਵਿੱਚ ਜੋ ਦਿੱਤੀ ਗਈ ਹੈ ਉਸ ਨਾਲੋਂ ਬਿਲਕੁਲ ਵੱਖਰੀ ਸੀ ਤੇ ਇਹ ਛੋਟੀ ਉਮਰ ਦੀ ਲੱਗ ਰਹੀ ਸੀ। ਨੇੜਿਓ ਦੇਖਣ ਤੋਂ ਪਤਾ ਲੱਗਿਆ ਕਿ ਉਸਨੇ ਆਪਣੇ ਵਾਲਾਂ ਤੇ ਦਾੜੀ ਨੂੰ ਰੰਗਿਆ ਹੋਇਆ ਹੈ ਅਤੇ ਬੁੱਢਾ ਦਿਖਣ ਲਈ ਚਸ਼ਮਾ ਵੀ ਲਗਾਇਆ ਹੋਇਆ ਹੈ। ਜਦੋਂ ਪੁੱਛ ਪੜਤਾਲ ਹੋਈ ਤਾਂ ਫਿਰ ਇਸ ਗੁਰਸੇਵਕ ਸਿੰਘ ਨੇ ਸਾਰਾ ਕੁਝ ਹੀ ਬਖ ਦਿੱਤਾ। ਉਸਨੇ ਸਾਫ਼ ਦੱਸਿਆ ਕਿ ਉਹ ਗੁਰਸੇਵਕ ਸਿੰਘ ਹੈ, ਉਮਰ ਉਸਦੀ 24 ਸਾਲ ਹੈ ਤੇ ਉਹ ਇੱਥੇ ਨਕਲੀ ਪਾਸਪੋਰਟ ਦੇ ਉੱਤੇ ਕੈਨੇਡਾ ਜਾਣ ਲਈ ਆਇਆ ਸੀ। ਉਸਦੇ ਮੋਬਾਈਲ ਫੋਨ ਤੋਂ ਹੀ ਉਸਦੇ ਨਾਮ ਦੀ ਪਾਸਪੋਰਟ ਫੋਟੋ ਵੀ ਮਿਲੀ ਸੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿਉਂਕਿ ਇਹ ਮਾਮਲਾ ਜਾਲੀ ਪਾਸਪੋਰਟ ਤੇ ਦੂਜਿਆਂ ਦੀ ਨਕਲ ਨਾਲ ਸੰਬੰਧਿਤ ਹੈ, ਇਸ ਲਈ ਇਸ ਨੌਜਵਾਨ ਨੂੰ ਉਸਦੇ ਸਮਾਨ ਸਮੇਤ ਕਾਨੂੰਨੀ ਕਾਰਵਾਈ ਦੇ ਲਈ ਦਿੱਲੀ ਪੁਲਿਸ ਦੇ ਹਵਾਲੇ ਹੀ ਕਰ ਦਿੱਤਾ ਗਿਆ ਹੈ, ਜਿੱਥੇ ਪੁਲਿਸ ਦੇ ਵੱਲੋਂ ਹੁਣ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਕੈਨੇਡਾ ਜਾਣ ਲਈ ਜਿੱਥੇ ਪੂਰੀ ਵਾਹ ਲਾ ਦਿੰਦੇ ਨੇ ਨੌਜਵਾਨ, ਤਾਂ ਇਸ ਨੌਜਵਾਨ ਨੇ ਤਾਂ ਵੱਖਰਾ ਹੀ ਕਰ ਲਿਆ, ਜਿਸਨੇ ਆਪਣਾ ਭੇਸ ਹੀ ਬਦਲ ਲਿਆ ਤੇ ਇੱਕ ਬਜ਼ੁਰਗ ਦੇ ਨਾਮ ਤੇ ਜਾਰੀ ਹੋਏ ਪਾਸਪੋਰਟ ਤੇ ਹੀ ਕੈਨੇਡਾ ਲਈ ਨਿਕਲਣ ਲੱਗਿਆ ਸੀ, ਪਰ ਉਸ ਤੋਂ ਪਹਿਲਾਂ ਹੀ ਇਸਦਾ ਸਾਰਾ ਭੇਦ ਖੁੱਲ ਗਿਆ।